ਅੱਜ ਅਸੀਂ ਮੰਗੂ ਤੋਂ ਕੋਹੇ ਹਿੰਦੂ ਕਸ਼ ਦੀ ਪਹਾੜੀਆਂ ਵਿੱਚ ਸਮਾਨਾ ਹਿਲਸ ਵੱਲ ਆਪਣਾ ਸਫ਼ਰ ਜਾਰੀ ਰੱਖਾਂਗੇ। ਇੱਥੇ ਨਾ ਸਿਰਫ ਲੋਕਹਾਰਟ ਫੋਰਟ ਬਲਕਿ 21 ਸਿੰਘਾਂ ਦੀ ਉਹ ਯਾਦਗਾਰ ਵੀ ਵੇਖਾਂਗੇ ਜਿੱਥੇ ਉਹਨਾਂ ਨੇ ਇੱਕ ਐਸਾ ਇਤਿਹਾਸ ਰਚਾਇਆ ਜਿਸ ਨੂੰ ਅੱਜ ਪੂਰੀ ਦੁਨੀਆ ਮੰਨਦੀ ਹੈ। ਨਾਲ ਦੇ ਨਾਲ ਇਸ ਸਲਾਖ ਪਹਾੜੀ ਕਠਨ ਅਤੇ ਮੁਸ਼ਕਲ ਸਫ਼ਰ ਦੇ ਵਿੱਚ ਆਪਣਾ ਸਫ਼ਰ ਗੁਲਿਸਤਾਨ ਫੋਰਟ ਵੱਲ ਵੀ ਜਾਰੀ ਰੱਖਾਂਗੇ। ਆਖਿਰ ਇਹ ਕਿਲ੍ਹੇ ਕਦੋਂ ਬਣਾਏ ਗਏ ਔਰ ਇੱਥੇ ਸਿੱਖਾਂ ਦੀ ਤਾਦਾਦ ਕਿੰਨੀ ਸੀ, ਆਖਿਰ ਇੱਥੇ ਕਿਲ੍ਹੇ ਬਣਾਉਣੇ ਕਿੰਨੇ ਕੁ ਜ਼ਰੂਰੀ ਸਨ, ਇਹ ਸਾਰੇ ਸਵਾਲਾਂ ਦੇ ਜਵਾਬ ਅਸੀਂ ਆਪਣੇ ਇਸ ਅੱਜ ਦੀ ਵੀਡੀਓ ਰਾਹੀਂ ਤੁਹਾਡੇ ਰੂਬਰੂ ਕਰਦੇ ਹਾਂ। ਇਹਨਾਂ ਪਹਾੜੀਆਂ ਦਾ ਇਤਿਹਾਸ ਸਿੱਖ ਰਾਜ ਨੂੰ ਫਿਰੋਲੇ ਬਿਨਾ ਅਧੂਰਾ ਹੈ, ਕਿਉਂਕਿ ਜਦ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਉੱਪਰ ਆਪਣਾ ਰਾਜ ਕਾਇਮ ਕੀਤਾ ਉਸ ਵੇਲੇ ਇਸਲਾਮ ਧਰਮ ਦੇ ਮੰਨਣ ਵਾਲੇ ਲੋਕਾਂ ਦੀ ਤਾਦਾਦ ਤਕਰੀਬਨ 70%, ਹਿੰਦੂ ਮਤ ਦੇ ਮੰਨਣ ਵਾਲਿਆਂ ਦੀ ਤਾਦਾਦ 25% ਔਰ ਸਿੱਖ ਮਤ ਸਿਰਫ 3% ਸੀ। ਇਸ ਦੇ ਬਾਵਜੂਦ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਵਧੀਆ ਰਾਜਨੀਤੀ ਦੀ ਬਦੌਲਤ ਪੂਰੇ ਪੰਜਾਬ ਵਿੱਚ ਖਾਲਸਾ ਰਾਜ ਕਾਇਮ ਹੋ ਗਿਆ। ਪਰ ਇਸ ਖਾਲਸਾ ਰਾਜ ਨੂੰ ਸਭ ਤੋਂ ਵੱਡਾ ਖਤਰਾ ਅਫਗਾਨਿਸਤਾਨ ਤੋਂ ਆਉਣ ਵਾਲੇ ਹਮਲਾਵਰਾਂ ਦਾ ਸੀ, ਜੋ ਕਿ ਨਾ ਸਿਰਫ ਪੰਜਾਬ ਦੀ ਮਾਲੋ ਦੌਲਤ ਲੁੱਟਦੇ ਸੀ ਬਲਕਿ ਪੰਜਾਬ ਦੀ ਇੱਜ਼ਤ ਵੀ ਤਾਰ ਤਾਰ ਕਰ ਦਿੰਦੇ ਸੀ। ਔਰ ਇਹਨਾਂ ਹੀ ਹਮਲਾਵਰਾਂ ਨੂੰ ਰੋਕਣ ਵਾਸਤੇ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਵਧੀਆ ਰਾਜਨੀਤੀ ਸਾਹਮਣੇ ਆਈ। 1818 ਵਿੱਚ ਪਿਸ਼ਾਵਰ ਸ਼ਹਿਰ ਲਗਭਗ ਫਤਿਹ ਕਰ ਲਿੱਤਾ ਗਿਆ, ਲੇਕਿਨ 1823 ਦੀ ਨੁਸ਼ਹਿਰਾ ਵਿੱਚ ਹੋਈ ਲੜਾਈ ਨੇ ਪੂਰਾ ਪਿਸ਼ਾਵਰ ਸ਼ਹਿਰ ਖਾਲਸਾ ਰਾਜ ਵਿੱਚ ਸ਼ਾਮਲ ਹੋ ਗਿਆ। ਔਰ ਆਹਿਸਤਾ ਆਹਿਸਤਾ ਹਰੀ ਸਿੰਘ ਨਲਵਾ ਵਰਗੇ ਜ਼ਬਰਦਸਤ ਜਰਨੈਲਾਂ ਨੇ ਖਾਲਸਾ ਰਾਜ ਨੂੰ ਹੋਰ ਵੀ ਫੈਲਾ ਦਿੱਤਾ। ਫੋਰਟ ਬਲੇਸਾਰ ਔਰ ਫੋਰਟ ਜਮਰੋਦ ਦੇ ਕਾਇਮ ਹੋਣ ਤੋਂ ਬਾਅਦ ਖੈਬਰ ਬਾਈਪਾਸ ਔਰ ਤੁਰਖਮ ਤੋਂ ਆਉਣ ਵਾਲੇ ਸਾਰੇ ਹਮਲਾਵਰਾਂ ਦਾ ਰਸਤਾ ਲਗਭਗ ਰੋਕ ਲਿੱਤਾ ਗਿਆ। ਲੇਕਿਨ ਦੂਸਰੇ ਪਾਸੇ NWFP, ਜਿਸਨੂੰ ਨੌਰਥ ਵੈਸਟ ਫਰੰਟੀਅਰ ਪ੍ਰੋਵਿੰਸ ਕਿਹਾ ਜਾਂਦਾ ਹੈ, ਇਸ ਰਸਤੇ ਤੋਂ ਆਉਣ ਵਾਲੇ ਹਮਲਾਵਰਾਂ ਦਾ ਰਸਤਾ ਹਜੇ ਖੁੱਲ੍ਹਾ ਸੀ। ਔਰ ਇਸ ਰਸਤੇ ਨੂੰ ਰੋਕਣ ਵਾਸਤੇ ਸਮਾਨਾ ਔਰ ਸੁਲੇਮਾਨ ਦੀਆਂ ਇਨ ਪਹਾੜੀਆਂ ਵਿੱਚ ਮਹਾਰਾਜਾ ਰਣਜੀਤ ਸਿੰਘ ਵੇਲੇ ਹੀ ਪੋਸਟਾਂ ਕਾਇਮ ਕਰ ਦਿੱਤੀਆਂ ਗਈਆਂ ਸੀ, ਜੋ 7 ਸਮੁੰਦਰ ਤੋਂ 7,000 ਫੁੱਟ ਉੱਪਰ ਇਹ ਚੌਕੀਆਂ ਕਾਇਮ ਕੀਤੀਆਂ ਗਈਆਂ। ਔਰ ਉਸ ਵੇਲੇ ਹੀ ਸਿੱਖ ਮਤ ਦੇ ਮੰਨਣ ਵਾਲੇ ਇਹਨਾਂ ਇਲਾਕਿਆਂ ਵਿੱਚ ਆ ਕੇ ਵੱਸ ਗਏ, ਜਿਨ੍ਹਾਂ ਦੀਆਂ ਨਿਸ਼ਾਨੀਆਂ ਹੁਣ ਤੱਕ ਮਿਲਦੀਆਂ ਹਨ। ਖਾਲਸਾ ਰਾਜ ਖਤਮ ਹੋਣ ਤੋਂ ਬਾਅਦ ਹਿੰਦੁਸਤਾਨ ਅਤੇ ਬ੍ਰਿਟਿਸ਼ ਰਾਜ ਵਿੱਚ
ਪੰਜਾਬ ਸਭ ਤੋਂ ਅਖੀਰ ਵਿੱਚ ਅੰਗਰੇਜ਼ ਦੇ ਹੱਥ ਆਇਆ। ਪਰ ਅੰਗਰੇਜ਼ਾਂ ਨੂੰ ਜਿੱਥੇ ਕਬਾਇਲੀ ਪਸ਼ਤੂਨਾਂ ਤੋਂ ਡਰ ਸੀ, ਉੱਥੇ ਹੀ ਮਾਰਸ਼ਲ ਸਿੱਖ ਕੋਲੋਂ ਵੀ ਖਤਰਾ ਸੀ। ਇਹ ਉਹ ਦੌਰ ਸੀ ਜਦੋਂ ਕੋਈ ਵੀ ਸਿੱਖ ਬ੍ਰਿਟਿਸ਼ ਆਰਮੀ ਵਿੱਚ ਆਉਣ ਵਾਸਤੇ ਤਿਆਰ ਨਹੀਂ ਸੀ। ਤਾਂ ਹੀ 1887 ਵਿੱਚ ਇੱਕ ਅਲੱਹਦਾ ਰੈਜੀਮੈਂਟ ਤਿਆਰ ਕੀਤੀ ਗਈ, ਜਿਸ ਨੂੰ 36 ਸਿੱਖ ਰੈਜੀਮੈਂਟ ਦਾ ਨਾਮ ਦਿੱਤਾ ਗਿਆ। ਇਸ ਰੈਜੀਮੈਂਟ ਵਿੱਚ ਉਹਨਾਂ ਹੀ ਸਿੱਖਾਂ ਨੂੰ ਸ਼ਾਮਲ ਕੀਤਾ ਜਾਂਦਾ ਜੋ ਸੰਪੂਰਨ ਸਿੱਖ ਹੁੰਦੇ ਔਰ ਪੰਜ ਕਕਾਰਾਂ ਦੇ ਧਾਰਨੀ ਹੁੰਦੇ। ਅੰਗਰੇਜ਼ਾਂ ਨੇ ਇਸੇ ਹੀ ਰੈਜੀਮੈਂਟ ਦੁਆਰਾ ਅੰਸ਼ਕ ਤੌਰ 'ਤੇ ਇਸ ਅਸਥਾਈ ਇਲਾਕੇ 'ਤੇ ਕਬਜ਼ਾ ਕਰਨ ਵਿੱਚ ਸਫਲਤਾ ਪ੍ਰਾਪਤ ਕਰ ਲਈ ਸੀ। ਪਰ ਕਬਾਇਲੀ ਪਸ਼ਤੂਨਾਂ ਨੇ ਸਮੇਂ ਸਮੇਂ 'ਤੇ ਬਰਤਾਨਵੀ ਕਰਮਚਾਰੀਆਂ 'ਤੇ ਹਮਲੇ ਜਾਰੀ ਰੱਖੇ। ਇਸ ਪ੍ਰਕਾਰ ਮੂਲ ਰੂਪ ਵਿੱਚ ਸਿੱਖ ਰਾਜ ਦੇ ਸ਼ਾਸਕ ਰਣਜੀਤ ਸਿੰਘ ਦੁਆਰਾ ਬਣਾਏ ਗਏ ਕਿਲ੍ਹਿਆਂ ਦੀ ਲੜਾਈ ਲੜੀ ਗਈ ਸੀ। ਇਹ ਦੋ ਕਿਲ੍ਹੇ ਫੋਰਟ ਲੋਕਹਾਰਟ ਹਿੰਦੂਕਸ਼ ਪਹਾੜੀਆਂ ਦੇ ਸਵਾਣਾ ਰੇਂਜ ਉੱਤੇ ਅਤੇ ਦੂਸਰਾ ਕਿਲ੍ਹਾ ਫੋਰਟ ਗੁਲਿਸਤਾਨ ਜੋ ਸੁਲੇਮਾਨ ਰੇਂਜ ਵਿੱਚ ਸੀ, ਆਪਸ ਵਿੱਚ ਕੁਝ ਹੀ ਮੀਲ ਦੇ ਦੂਰੀ ਉੱਪਰ ਸੀ। ਜਨਰਲ ਵਿਲੀਅਮ ਲੋਕਹਾਰਟ ਨੇ 1891 ਵਿੱਚ ਦੁਬਾਰਾ ਤਾਮੀਰ ਕਰਵਾਇਆ। ਤਾਂ ਹੀ ਇਸ ਦਾ ਨਾਮ ਲੋਕਹਾਰਟ ਫੋਰਟ ਰੱਖਿਆ ਗਿਆ। ਸਤਾ ਸਮੁੰਦਰ ਤੋਂ ਇਸ ਦੀ ਉਚਾਈ 6743 ਫੀਟ ਹੈ। 20 ਅਪ੍ਰੈਲ 1894 ਨੂੰ ਬ੍ਰਿਟਿਸ਼ ਭਾਰਤੀ ਸੈਨਾ ਦੇ 36ਵੀਂ ਸਿੱਖ ਰੈਜੀਮੈਂਟ ਨੂੰ ਕਰਨਲ ਜੇ ਕੁੱਕ ਦੀ ਅਗਵਾਈ ਹੇਠ ਇੱਥੇ ਬੁਲਾਇਆ ਗਿਆ। 11 ਅਗਸਤ 1897 ਵਿੱਚ ਲੈਫਟੀਨੈਂਟ ਕਰਨਲ ਜੌਨ ਹਰਟਨ ਦੇ ਅਧੀਨ 36ਵੀਂ ਸਿੱਖ ਰੈਜੀਮੈਂਟ ਦੀਆਂ 5 ਕੰਪਨੀਆਂ ਬ੍ਰਿਟਿਸ਼ ਭਾਰਤ ਦੇ ਉੱਤਰ ਪੱਛਮੀ ਸਰਹੱਦ ਮੌਜੂਦਾ ਖੈਬਰ ਪਖਤੂਨਖਵਾ ਨੂੰ ਭੇਜੀਆਂ ਗਈਆਂ ਸਨ ਅਤੇ ਉਹਨਾਂ ਨੂੰ ਸਵਾਨਾ ਹਿਲਸ, ਘੁੜਗਾ, ਸੰਘਾਰ, ਸਾਹਤਕਤਰ ਅਤੇ ਸਾਰਾਗੜੀ ਵੇਖੇ ਤਾਇਨਾਤ ਕੀਤਾ ਗਿਆ ਸੀ। ਫੋਰਟ ਲੋਕਹਾਰਟ ਔਰ ਫੋਰਟ ਗੁਲਿਸਤਾਨ ਵੇਖੇ ਸਿੱਖਾਂ ਦੀ ਗਿਣਤੀ ਲਗਭਗ 400 ਦੇ ਕਰੀਬ ਦੱਸੀ ਜਾਂਦੀ ਹੈ। ਸਾਰਾਗੜੀ ਦਾ ਇਹ ਸਫ਼ਰ ਤਾਂ ਅਜੇ ਜਾਰੀ ਹੈ, ਪਰ ਇਹਨਾਂ ਦਿਲਫਰੇਬ ਪਹਾੜਾਂ ਦਾ ਖੂਬਸੂਰਤ ਨਜ਼ਾਰਾ ਦਿਲ ਉੱਪਰ ਗਹਿਰੀ ਛਾਪ ਛੱਡ ਰਿਹਾ ਹੈ। ਉੱਥੇ ਹੀ ਇੱਥੇ ਦੇ ਵਾਸੀ ਲੋਕਾਂ ਅਤੇ ਪਾਕ ਆਰਮੀ ਦੀ ਕੀਤੀ ਗਈ ਖੂਬਸੂਰਤ ਮਹਿਮਾਨ ਨਵਾਜ਼ੀ ਹਮੇਸ਼ਾ ਯਾਦ ਰੱਖੀ ਜਾਏਗੀ। ਨਾਲ ਦੇ ਨਾਲ ਇਹਨਾਂ ਬੁਲੰਦ ਤਰੀਨ ਚੋਟੀਆਂ ਉੱਪਰ ਸਾਡੇ ਪਾਕ ਆਰਮੀ ਦੇ ਨੌਜਵਾਨਾਂ ਨੂੰ ਪੰਜਾਬੀ ਲਹਿਰ ਦੀ ਪੂਰੀ ਟੀਮ ਸਲਾਮ ਪੇਸ਼ ਕਰਦੀ ਹੈ।